ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਗਾਣਿਆਂ ਤੇ ਇਹ ਮਾਸੂਮ ਬੱਚਾ ਝੂਮਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇੱਕ ਪਾਸੇ ਡਾਕਟਰ ਇਸ ਦਾ ਆਪਰੇਸ਼ਨ ਕਰ ਰਹੇ ਨੇ ਤੇ ਨੱਚ ਨੱਚ ਕੇ ਇਹ ਬੱਚਾ ਆਪਣਾ ਆਪਰੇਸ਼ਨ ਕਰਵਾ ਰਿਹਾ ਤੇ ਨਾਲ ਦੇ ਨਾਲ ਹਸਪਤਾਲ ਸਟਾਫ ਵੀ ਇਸ ਬੱਚੇ ਦੇ ਨਾਲ ਨੱਚਦਾ ਨਜ਼ਰ ਆਇਆ। ਤਾਂ ਦੱਸਦੇ ਕਿ ਵਿਦੇਸ਼ਾਂ ਤੋਂ ਹਮੇਸ਼ਾ ਡਾਕਟਰਾਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਉਹ ਬੱਚੇ ਦੇ ਇੰਜੈਕਸ਼ਨ ਲਗਾਉਂਦੇ ਨੇ ਪਰ ਬੱਚੇ ਨੂੰ ਪਤਾ ਹੀ ਨਹੀਂ ਲੱਗਦਾ। ਤਾਂ ਹੁਣ ਇੱਕ ਹੋਰ ਵੀਡੀਓ ਪੰਜਾਬ ਤੋਂ ਸਾਹਮਣੇ ਆਈ ਹੈ ਜਿੱਥੇ ਬੱਚੇ ਦਾ ਆਪਰੇਸ਼ਨ ਹੋ ਰਿਹਾ ਹੁੰਦਾ ਇੱਕ ਪਾਸੇ ਤੇ ਦੂਜੇ ਪਾਸੇ ਬੱਚਾ ਬੈੱਡ 'ਤੇ ਪਿਆ ਮੂਸੇਵਾਲੇ ਦੇ ਗੀਤ 'ਤੇ ਝੂਮਦਾ ਹੋਇਆ ਨਜ਼ਰ ਆ ਰਿਹਾ। ਤਾਂ ਬੱਚਾ ਨੱਚਦਾ ਨੱਚਦਾ ਹੀ ਆਪਣਾ ਆਪਰੇਸ਼ਨ ਕਰਵਾ ਰਿਹਾ ਹੁੰਦਾ ਤੇ ਹਸਪਤਾਲ ਦੇ ਸਟਾਫ ਦੇ ਵਿੱਚ ਜੋ ਡਾਕਟਰ ਉੱਥੇ ਮੌਜੂਦ ਹੁੰਦੇ ਨੇ ਉਹ ਵੀ ਉਸਦੇ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਨੇ। ਤਾਂ ਦੱਸ ਦਈਏ ਕਿ ਵੀਡੀਓ ਜਗਰਾਓਂ ਤੋਂ ਸਾਹਮਣੇ ਆਈ ਹੈ ਜਿੱਥੇ ਇਹ 4 ਸਾਲ ਦਾ ਬੱਚਾ ਸੁਖਦਰਸ਼ਨ ਸਿੰਘ ਜਿਹੜਾ ਕਿ ਪਿਛਲੇ ਦਿਨੀ ਖੇਡਦੇ ਹੋਏ ਜ਼ਖਮੀ ਹੋ ਗਿਆ ਸੀ ਤਾਂ ਉਸਦੇ ਪੈਰ ਦੇ ਉੱਤੋਂ ਕਾਰ ਲੰਘ ਗਈ ਸੀ ਜਿਸ ਕਾਰਨ ਉਸਨੂੰ ਹਸਪਤਾਲ ਲਿਆਂਦਾ ਗਿਆ ਸੀ। ਤਾਂ ਇਲਾਜ ਦੇ ਦੌਰਾਨ ਡਾਕਟਰਾਂ ਦੇ ਵੱਲੋਂ ਸਿੱਧੂ ਮੂਸੇਵਾਲੇ ਦਾ ਗੀਤ ਲਗਾਇਆ ਗਿਆ ਤਾਂ ਸਿੱਧੂ ਮੂਸੇਵਾਲਾ ਦਾ ਫੈਨ ਸੀ ਇਹ ਉਸਦੇ ਗੀਤ ਦੇ ਉੱਤੇ ਨੱਚਦਾ ਹੋਇਆ ਇਹ ਆਪਣਾ ਆਪਰੇਸ਼ਨ ਕਰਵਾ ਲੈਂਦਾ ਪਰ ਇਸਨੂੰ ਪਤਾ ਵੀ ਨਹੀਂ ਲੱਗਦਾ। ਤਾਂ ਮਿਲੀ ਜਾਣਕਾਰੀ ਅਨੁਸਾਰ ਇਸ ਬੱਚੇ ਦੀ ਮਾਂ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ ਤੇ ਪਿਤਾ ਵੀ ਅਪਾਹਿਜ ਹੈ ਜਿਸ ਕਰਕੇ ਬਿਸਤਰ ਦੇ ਉੱਤੇ ਉਹ ਆਪਣੀ ਜ਼ਿੰਦਗੀ ਬਤੀਤ ਕਰਦਾ। ਤਾਂ ਦਾਦੀ ਇਸਨੂੰ ਜਗਰਾਓਂ ਹਸਪਤਾਲ ਦੇ ਵਿੱਚ ਲਿਆਈ ਸੀ ਜਿੱਥੇ ਡਾਕਟਰਾਂ ਦੇ ਵੱਲੋਂ ਇਸਦਾ ਆਪਰੇਸ਼ਨ ਕੀਤਾ ਗਿਆ। ਤਾਂ ਵੇਖ ਸਕਦੇ ਹੋ ਬੱਚਾ ਕਿੱਡਾ ਵੱਡਾ ਸਿੱਧੂ ਮੂਸੇਵਾਲੇ ਦਾ ਫੈਨ ਹੈ ਕਿ ਆਪਰੇਸ਼ਨ ਦੇ ਦੌਰਾਨ ਉਸਨੂੰ ਪਤਾ ਹੀ ਨਹੀਂ ਲੱਗਿਆ ਕਿ ਡਾਕਟਰ ਉਸਦਾ ਆਪਰੇਸ਼ਨ ਕਰ ਰਹੇ ਨੇ ਪਰ ਇਹ ਬੱਚਾ ਆਪਣੀ ਮਸਤੀ ਦੇ ਵਿੱਚ ਹੀ ਸਿੱਧੂ ਮੂਸੇਵਾਲੇ ਦੇ ਗੀਤ 'ਤੇ ਝੂਮਦਾ ਹੋਇਆ ਨਜ਼ਰ ਆਇਆ ਤੇ ਡਾਕਟਰਾਂ ਦੇ ਵੱਲੋਂ ਇਸਦਾ ਆਪਰੇਸ਼ਨ ਕਰ ਦਿੱਤਾ ਗਿਆ।